ਟਾਈਮ ਹੋਇਆ 11:30 ਤੇ 12 ਵਜੇ ਇਹਨਾਂ ਨੇ ਅੰਦਰ ਜਾਣਾ ਬੈਗ ਜਮਾਉਣੇ ਨੇ ਪੂਰੇ ਟਾਈਮ ਤੇ ਆਪਾਂ 에어ਪੋਰਟ ਪਹੁੰਚੇ ਆ ਨਹੀਂ ਤੇ ਅੱਜ ਜਗਨ ਦੀ ਫਲਾਈਟ ਨਿਕਲ ਜਾਣੀ ਸੀਗੀ ਅੱਜ ਫਲਾਈਟ ਨਿਕਲ ਜਾਣੀ ਸੀਗੀ ਟਾਈਮ ਤੇ ਪਹੁੰਚੇ ਆ ਆਪਣੀ ਪਿਆਰੀ ਭਾਬੀ ਨੂੰ ਮਿਲਣਾ ਅਗਲੀ ਵਾਰੀ ਜਲਦੀ ਜਲਦੀ ਆਣਗੇ ਯਾਰ ਆਪਾਂ ਬੜਾ ਮਿਸ ਕਰਾਂਗੇ ਹਨਾ ਆਪਾਂ ਬੜਾ ਮਜ਼ੇ ਕੀਤੇ ਆ ਫਿਰ ਅਸੀਂ ਦੂਸਰਾ ਟ੍ਰਿਪ ਜਲਦੀ ਜਲਦੀ ਕੱਢਾਂਗੇ ਸਹੀ ਗੱਲ ਹੈ ਦੱਸ ਦਿਓ ਹੁਣ ਕਸ਼ਮੀਰ ਆਪਾਂ ਅਗਲੀ ਵਾਰੀ ਕਸ਼ਮੀਰ ਜਾਵਾਂਗੇ ਅਗਲੇ ਵਲੌਗ ਜਦੋਂ ਮੈਂ ਆਉਂਗੀ ਤੁਹਾਨੂੰ ਕਸ਼ਮੀਰ ਤੇ ਹੁਣ ਅਸੀਂ ਯਾਰ ਜਾਣਾ ਹੈ ਚਾਂਦਨੀ ਚੌਂਕ ਗੁਰਦੁਆਰਾ ਸੀਸਗੰਜ ਸਾਹਿਬ ਤੇ ਉੱਥੇ ਪਹੁੰਚ ਕੇ ਫਿਰ ਤੁਹਾਨੂੰ ਮਿਲਦੇ ਆਂ ਇਹ ਆ ਜੀ ਦਿੱਲੀ ਦਾ ਚਾਂਦਨੀ ਚੌਂਕ ਇਲਾਕਾ ਇਸੇ ਜਗ੍ਹਾ ਦੇ ਉੱਪਰ ਭਾਈ ਸਤੀਦਾਸ ਤੇ ਭਾਈ ਮਤੀਦਾਸ ਨੂੰ ਸ਼ਹੀਦ ਕੀਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਤੇ ਜਿਹੜੇ ਜ਼ਾਲਮ ਸੀਗੇ ਉਹਨਾਂ ਵੱਲੋਂ ਲਾਲਚ ਦਿੱਤੇ ਗਏ ਨੇ ਕਿ ਤੁਸੀਂ ਮੁਸਲਿਮ ਧਰਮ ਨੂੰ ਅਪਣਾਓ ਆਪਣਾ ਧਰਮ ਛੱਡੋ ਤੇ ਤੁਹਾਨੂੰ ਕੁਛ ਨਹੀਂ ਕਹਾਂਗੇ ਤੇ ਪਰ ਜਿਹੜੇ ਭਾਈ ਮਤੀਦਾਸ ਸੀਗੇ ਭਾਈ ਸਤੀਦਾਸ ਤੇ ਭਾਈ ਦਿਆਲਾ ਸੀਗੇ ਉਹਨਾਂ ਨੂੰ ਇਸੇ ਜਗ੍ਹਾ ਉੱਪਰ ਸ਼ਹੀਦ ਕੀਤਾ ਗਿਆ ਤੇ ਜਿਹੜੇ ਭਾਈ ਮਤੀਦਾਸ ਸੀਗੇ ਸਤੀਦਾਸ ਸੀਗੇ ਆਪਸ ਵਿੱਚ ਸਕੇ ਭਰਾ ਸੀ ਦੋਨੋਂ ਇਹ ਗੁਰੂ ਸਾਹਿਬ ਦੇ ਜਿਹੜੇ ਭਾਈ ਸਤੀਦਾਸ ਸੀਗੇ ਗੁਰੂ ਸਾਹਿਬ ਦੇ ਦਰਬਾਰ ਦਾ ਕੰਮ ਵੇਖਦੇ ਸੀਗੇ ਤੇ ਗੁਰੂ ਸਾਹਿਬ ਦਰਬਾਰ ਵੀ ਦੀਵਾਨ ਸੀਗੇ ਤੇ ਜਿਹੜੇ ਭਾਈ ਮਤੀਦਾਸ ਸੀਗੇ ਉਹ ਘਰ ਦਾ ਕੰਮ ਵੇਖਦੇ ਹੁੰਦੇ ਸੀਗੇ ਮਤਲਬ ਗੁਰੂ ਸਾਹਿਬ ਦੇ ਘਰ ਦਾ ਕੰਮ ਸਾਰਾ ਉਹੀ ਵੇਖਦੇ ਸੀਗੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਾਰੀ ਜ਼ਿੰਮੇਵਾਰੀ ਸੌਂਪੀ ਹੋਈ ਸੀਗੀ ਤੇ ਜਿਹੜੇ ਭਾਈ ਦਿਆਲਾ ਸੀਗੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇਖ ਦੇਖ ਵੀ ਕਰਦੇ ਸੀਗੇ ਤੇ ਜਦੋਂ ਗੁਰੂ ਸਾਹਿਬ ਅਸਾਮ ਦੀ ਯਾਤਰਾ 'ਤੇ ਗਏ ਨੇ ਤਾਂ ਪਿੱਛੋਂ ਗੁਰੂ ਸਾਹਿਬ ਦੇ ਪਰਿਵਾਰ ਦੀ ਜਿਹੜੀ ਦੇਖ ਰੇਖ ਸੀਗੀ ਉਹ ਭਾਈ ਦਿਆਲੇ ਨੇ ਕੀਤੀ ਆ ਅਤੇ ਇਹ ਜਿਹੜੇ ਸਿੱਖ ਸੀਗੇ ਬੜੇ ਮਹਾਨ ਸਿੱਖ ਸੀਗੇ ਇਹ ਗੁਰੂ ਸਾਹਿਬ ਦੇ ਸੱਚੇ ਸੁੱਚੇ ਸਿੱਖ ਸੀਗੇ ਅਤੇ ਇਸ ਕਰਕੇ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਸਾਥ ਨਹੀਂ ਛੱਡਿਆ ਅਤੇ ਇੱਥੇ ਆ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਆਹ ਵੇਖੋ ਇੱਧਰ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਇਹ ਭਾਈ ਦਿਆਲੇ ਜੀ ਨੂੰ ਦੇਖ ਚੁਬਾਲਿਆ ਜਾ ਰਿਹਾ ਇਹ ਭਾਈ ਸਤੀਦਾਸ ਜੀ ਨੂੰ ਰੂਮ ਦੇ ਵਿੱਚ ਇਹ ਜਿਹੜੇ ਸੀਗੇ ਸਤੀਦਾਸ ਜੀ ਛੋਟੇ ਸੀਗੇ ਅਤੇ ਜਿਹੜੇ ਮਤੀਦਾਸ ਜੀ ਸੀਗੇ ਇਹ ਵੱਡੇ ਸੀਗੇ ਦੋਨੋਂ ਸਕੇ ਭਰਾ ਸੀ ਆਪਸ ਵਿੱਚ ਇਹ ਦੇਖੋ ਜੀ ਇਹ ਉਹ ਪਵਿੱਤਰ ਜਗ੍ਹਾ ਕਿ ਗੁਰਮਤ ਦਾ ਸਿਧਾਂਤ ਹੈ ਭੈ ਕਾਹੂੰ ਕੋ ਦੇਤਨਾ ਨੈ ਭੈ ਮਨ ਤਾਨ ਅਤੇ ਉਸੇ ਵਿਚਾਰਧਾਰਾ ਦੇ ਉੱਪਰ ਚੱਲਦੇ ਹੋਏ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਆ ਲਓ ਦਰਸ਼ਨ ਕਰੋ ਤੁਸੀਂ ਇਹ ਆ ਜੀ ਦਿੱਲੀ ਦਾ ਚਾਂਦਨੀ ਚੌਂਕ ਇਲਾਕਾ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਅੰਦਰੋਂ ਦੀ ਵਿਖਾ ਦਿੰਦੇ ਹਾਂ ਇਹ ਜਗ੍ਹਾ ਦੇ ਉੱਪਰ ਕਿਉਂਕਿ ਸੀਸਗੰਜ ਸਾਹਿਬ 'ਤੇ ਆਪਾਂ ਆਉਂਦੇ ਹਾਂ ਪਰ ਇਸ ਸਥਾਨ 'ਤੇ ਕਈ ਵਾਰੀ ਅਸੀਂ ਬਾਹਰੋਂ ਲੰਘ ਜਾਂਦੇ ਹਾਂ ਅਣਦੇਖਾ ਕਰਦੇ ਨੇ ਇਸ ਸਥਾਨ ਨੂੰ ਅਤੇ ਇਤਿਹਾਸ ਵਿੱਚ ਇਹ ਵੀ ਦੱਸਿਆ ਜਾਂਦਾ ਕਿ ਬੰਦਾ ਸਿੰਘ ਬਹਾਦਰ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਅਤੇ ਜਿਹੜੇ ਨਾਲ ਦੇ 100-100 ਸਿੰਘ ਕਰਕੇ ਉਹਨਾਂ ਨੂੰ ਇਸੇ ਜਗ੍ਹਾ ਦੇ ਉੱਪਰ ਜਿਹੜਾ ਸ਼ਹੀਦ ਕੀਤਾ ਜਾਂਦਾ ਹੁੰਦਾ ਸੀਗਾ ਇਹ ਇਲਾਕਾ ਦਿੱਲੀ ਦਾ ਸਭ ਤੋਂ ਜ਼ਿਆਦਾ ਵਿਅਸਤ ਰਹਿਣ ਵਾਲਾ ਇਲਾਕਾ ਅਤੇ ਹੁਣ ਤਾਂ ਇਸ ਸਾਈਡ ਤੋਂ ਕਾਰਾਂ ਇਹਨਾਂ ਨੇ ਬੰਦ ਕੀਤੀਆਂ ਹੋਈਆਂ ਨੇ ਪਹਿਲਾਂ ਉਸ ਸਾਈਡ ਤੋਂ ਕਾਰਾਂ ਵੀ ਆਉਂਦੀਆਂ ਹੁੰਦੀਆਂ ਸੀਗੀਆਂ ਅਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਾਂਗੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਸੇ ਜਗ੍ਹਾ ਦੇ ਉੱਪਰ ਸ਼ਹੀਦੀ ਹੋਈ ਹੈ ਇਤਿਹਾਸ ਵਿੱਚ ਇਹ ਵੀ ਆਉਂਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ 3 ਵਾਰੀ ਗ੍ਰਿਫਤਾਰੀ ਹੁੰਦੀ ਹੈ ਜਿਹੜੀ ਫਾਈਨਲ ਗ੍ਰਿਫਤਾਰੀ ਗੁਰੂ ਸਾਹਿਬ ਦੀ ਹੁੰਦੀ ਹੈ ਆਗਰਾ ਗੁਰਦੁਆਰਾ ਗੁਰੂ ਕਾ ਤਾਲ ਹੈ ਉੱਥੋਂ ਦੀ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਸ ਜਗ੍ਹਾ 'ਤੇ ਲਿਆਂਦਾ ਜਾਂਦਾ ਅਤੇ ਇਸ ਜਗ੍ਹਾ ਦੇ ਉੱਪਰ ਲਿਆ ਕੇ ਫਿਰ ਗੁਰੂ ਸਾਹਿਬ ਨੂੰ ਪਹਿਲਾਂ ਤਾਂ ਕਿਹਾ ਜਾਂਦਾ ਕਿ ਆਪਣਾ ਧਰਮ ਬਦਲੋ ਅਤੇ ਜਦੋਂ ਉਹ ਨਹੀਂ ਬਦਲਦੇ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਇਹ ਹੈ ਜੀ ਅੱਜ ਦਾ ਹੁਕਮਨਾਮਾ ਗੁਰੂ ਸਾਹਿਬ ਨੇ ਸਾਨੂੰ ਜਿਹੜੇ ਰਾਵਾਂ ਪਰ ਚੱਲਣ ਨੂੰ ਕਿਹਾ ਜਿਹੜੀ ਵਿਚਾਰਧਾਰਾ ਫੋਲੋ ਕਰਨ ਨੂੰ ਕਿਹਾ ਅਤੇ ਸਾਨੂੰ ਫੋਲੋ ਕਰਨੀ ਚਾਹੀਦੀ ਹੈ ਆਪਾਂ ਅੰਦਰ ਚੱਲਦੇ ਹਾਂ ਤੇਗ ਬਹਾਦਰ ਸਾਹਿਬ ਇਸ ਜਗ੍ਹਾ ਦੇ ਉੱਪਰ ਜਿਹੜੇ ਕਸ਼ਮੀਰੀ ਪੰਡਿਤ ਸੀਗੇ ਉਹਨਾਂ 'ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਵਾਸਤੇ ਇੱਥੇ ਪਹੁੰਚੇ ਸੀਗੇ ਕਸ਼ਮੀਰੀ ਪੰਡਿਤਾਂ ਨੇ ਗੁਰੂ ਸਾਹਿਬ ਨੂੰ ਫਰਿਆਦ ਕੀਤੀ ਸੀਗੀ ਅਤੇ ਗੁਰੂ ਸਾਹਿਬ ਕਿਸੇ ਵੀ ਫਰਿਆਦੀ ਨੂੰ ਖਾਲੀ ਨਹੀਂ ਸੀ ਜਾਣ ਦਿੰਦੇ ਹੁੰਦੇ ਅਤੇ ਇਸ ਕਰਕੇ ਉਹਨਾਂ ਦੀ ਫਿਰ ਫਰਿਆਦ ਨੂੰ ਸੁਣਦੇ ਹੋਏ ਅਤੇ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਅਤੇ ਇੱਥੇ ਆ ਕੇ ਸ਼ਹੀਦੀ ਪ੍ਰਾਪਤ ਕਰਦੇ ਨੇ ਇਹ ਆ ਜੀ ਲੰਗਰ ਹਾਲ ਗੁਰਦੁਆਰਾ ਸਾਹਿਬ ਦਾ ਇਸੇ ਜਗ੍ਹਾ ਦੇ ਉੱਪਰੋਂ ਦੀ ਭਾਈ ਜੀਵਨ ਸਿੰਘ ਜੀ ਭਾਈ ਜਾਤਾ ਜੀ
गुरु तेग बहादुर साहब का शीश चक के आनंदपुर साहब लैके गए थे और जिस टाइम पर वो शीश चक के लैके गए थे तो मतलब बड़ा ज़्यादा औखा समा सी आले दुआले फौज का पूरा पहरा लगे हुआ सगा और इन्ना आसान काम नहीं जो उन्होंने किया। जोड़ा गुरु साहब का धड़ सगा वह लक्की साहब बन जा रहे हैं गुरुद्वारा काबगंज साहब इतने हैगा और लक्की साहब बन जा रहे का घर से भी ये कहा जाता तो उत्थे फिर उन्होंने गुरु साहब के धड़ का संस्कार किया। तो ये तुम एक गल होर दस दिना कि जोड़ा लक्की साहब बन जा रहा सहाट सिख सगा वो बहुत ज़्यादा धन दौलत बहुत ज़्यादा पैसा सगा तो वह सरकारी ठेके भी लेंदा हुंदा सीगा जिहड़े मुगलों के टाइम के जिन्हें भी इमारतां बनिया ने इतिहास में आता कि लक्की साहब बनजारे का जिहड़ा समान हुंदा सीगा जिहड़ा कंस्ट्रक्शन मटीरियल हुंदा सीगा वह सारा उही उत्थे प्रबंध करवाते हुंदे सीगे। टाइम ते उन्हां दा इक ट्रांसपोर्टेशन का काम भी सीगा जिवें अज तां मन के चलो कि जिवें ट्रकां दे थ्रू ट्रांसपोर्टेशन हुंदी है तो उस टाइम ते उन्हां कोल बलद हुंदे सीगे ते बलदां उपर मतलब वह एक जगह दूसरी जगह समान पहुँचाया करते हुंदे सीगे। लक्की साहब बनजारा जी के टाइम पर जोड़े रूट तो ट्रांसपोर्टेशन होंगी सी उस रूट पर अज भी उन्होंने नाँ के उपर कई खूह तो कई पिंड वसे हुए हैं मतलब अज भी निशानियां तुम्हें मिल जाएगी। तो जोड़े गुरु साहबाना ने किले बनाए थे वो किले बनाने भी लक्की साहब बनजारा जी का पूरा योगदान रहा तो उन्होंने पूरा मटीरियल भी बचाया लेबर भी बचाई है तो उन्होंने गुरु साहब की पूरी सहायता की है। गुरु तेग बहादुर साहब की शहादत तो बाद 100 साल तक इस जगह के पर गुरद्वारा साहब नहीं बनया इस जगह एवें ही सी तो उस तो बाद जस्सा सिंह आलूवालिया रामगढ़िया दिल्ली फतेह करते हैं तो बाबा बघेल सिंह फतेह करते हैं नाल तो उस टाइम पर इन्हों की जोड़ा इतना का बादशाह हों पर संधि होंगी है कि असी अपने गुरुद्वारे सारने ने तो उस तो बाद उन्होंने सहमति बनती है उन्हों का जो भी उन्होंने आपस में कॉम्प्रोमाइज़ हों तो उस तो बाद फिर गुरुद्वारे साहब की सारी होंगी दिल्ली के हूँ आ गए अभी बाजार वाले पास हूँ थोड़ा जहा बाजार का गेड़ा दे लिया इस बाजार के हरेक चीज मिलेगी तो जो लेना लै लो इलैक्ट्रॉनिक आइटम इतने ज्यादा होंगे ने वैसे तो वे प्रोटीन भी मिलते हैं पर हूँ पता ना डुप्लीकेट है कि नकली है मतलब डुप्लीकेट है कि असली है इस चीज़ की गरंटी नहीं हैगी। और सामने मेरे को लाल किला देखो कितने की भाई कोई लो जी देखो 100-100 रुपए दी घड़ियां ये डिजिटल है भाई क्या मतलब ऐसी है स्क्रीन नहीं चाहिए टाइम टाइम चलता है मैं ये दिखाई है बनी ये जी शॉक की कॉपी कितने की है ये 100 रुपए की 100 रुपए की और ये वाली 850 हैं 850 कितने की लग जाएगी ये बहुत ज्यादा रेट ले लो हैं रेट लग जाएगा चाहिए तो ले लो 600 रुपए की। इस बंद यार जलेबियां बड़िया मशहूर ने इतने आवे ना तो जलेबियां जरूर खाओ तो आखो कि जलेबियां खाने वास्ते भीड़ लगी हुई है तो इन्होंने लिख के लाया कि साढ़े की होर ब्रांच नहीं हैगी क्योंकि इतने ना चोर बाजारी बड़ी है हेरा फेरी बड़ी है लोग साढ़े दूजे के नाते काम करी जाते हैं। दिल्ली का यह इलाका ना बहुत पुराना बसया हो मुगलों के टाइम का बसया होया तो अज भी सड़क उवें दी आईं भीड़ियां गलियां तो एक तो यह इलाका एक यूपी का कानपुर इलाका तो कानपुर तुम जाओगे उत्थे भी अज भी उवें दी सड़कां ने जिवें दीआं मुगलां दे टाइम ते सीगियां भीड़ियां गलियां उही बाजार तो गलियां में जिहड़ी जाओगे तो तुहानूं उवें दीआं इमारतां ही मिलणगियां पुराणियां। ओह आ रही सामने मेरे को लाल गया तो हुण चलदे आं इलैक्ट्रिकल मार्केट के अंदर इत्थे लड़ियां मिलदियां ने मतलब होर सारा समान मिलता गली देखो कि छोटी जी है आगे तक है भाई मार्केट हाँ भाई आगे तक गलियां चेक करो पहला गलियां कि लो बी एहजी है जी ये दिल्ली की इलैक्ट्रिकल समान की मार्केट तो एक दिलैट तो अभी भी लैनी सी वैसे जो कि बंदा कोई समान लैके आ रहा तुहानू साइड ते होना पैना इत्थे हरेक तरह का समान तुहानू मिल जूगा बिजली दे सोच लाइटां लड़ियां और सारा होलसेल दे होलसेल बाजार है सारा। तो लो भाई इत्थों दी लैनी सी एक्सटेंशन एक आपां घर वास्ते तुहानू मिल गई है तो इत्थे सारा होलसेल दा सारी होलसेल की मार्केट है भाई साहब हाँ हाँ कर दो चेक कोई दिक्कत नहीं बहुत भिड़ी मार्केट है यार इतना सह लेना भी हम
ਥੋੜੀ ਬਾਹਰ ਵਾਲੀ ਸਾਈਡ ਤੇ ਆ ਗਏ ਆ। ਖੁੱਲੀ ਸਾਈਡ ਤੇ ਇੱਥੇ ਹੋਰ ਵੀ ਸਮਾਨ ਮਿਲ ਜਾਂਦਾ ਜਿਵੇਂ ਕਿ ਹੋਮ ਥੀਏਟਰ ਹੋ ਗਿਆ ਤੇ ਬਾਕੀ ਹੋਰ ਦਾ ਸਮਾਨ ਸਾਰਾ ਇੱਥੇ ਮਿਲੂਗਾ। ਲਓ ਜੀ ਆ ਲੈਂਪ ਨੇ ਜਿਹੜੇ ਘਰ ਦੇ ਉੱਪਰ ਆਪਾਂ ਗੇਟ ਤੇ ਲਾਉਂਦੇ ਆ ਪਿੰਦਰਾਂ ਤੇ ਆ ਇੱਧਰ ਲੱਗੇ ਨੇ ਆ ਲੈਂਪ। ਦੇਖੋ ਯਾਰ ਕਿਵੇਂ ਬੰਦੇ ਦੇ ਉੱਪਰ ਬੰਦਾ ਚੜਿਆ ਹੋਇਆ, ਮਤਲਬ ਸਾਰੀ ਲੇਬਰ ਹੈਗੀ ਹੈ, ਸਮਾਨ ਇੱਕ ਜਗ੍ਹਾ ਦੂਜੀ ਜਗ੍ਹਾ ਤੇ ਲੈ ਕੇ ਜਾ ਰਹੇ ਨੇ। ਇੰਨੀ ਜ਼ਿਆਦਾ ਭੀੜ ਆ, ਇੰਨੀ ਜ਼ਿਆਦਾ ਵਿਅਸਤ ਮਾਰਕੀਟ ਹੈਗੀ ਹੈ। ਲਾਈਟਾਂ ਲੈਣੀਆਂ ਹੋਣ, ਲੜੀਆਂ ਲੈਣੀਆਂ ਹੋਣ, ਘਰ ਦੇ ਡੈਕੋਰੇਸ਼ਨ ਵਾਸਤੇ ਕੋਈ ਵੀ ਸਮਾਨ ਤੁਸੀਂ ਲੈਣਾ ਇਸ ਮਾਰਕੀਟ 'ਚ ਪਹੁੰਚ ਜਾਓ। ਇੱਕ ਤਾਂ ਯਾਰ ਬੜਾ ਗਲਤ ਕੰਮ ਹੋ ਗਿਆ, ਇਹਨਾਂ ਨੂੰ ਬਾਜ਼ਾਰ ਦਾ ਪਤਾ ਲੱਗ ਗਿਆ, ਇਹ ਹਟਦੇ ਹੀ ਨਹੀਂ ਪਏ। ਚਲੋ ਯਾਰ ਘਰੇ ਵੀ ਜਾਣਾ ਹੁਣ। ਚਲੋ ਚਲੀਏ ਹੁਣ, ਆਪਾਂ ਚੱਪਲਾਂ ਲੈ ਲਈਆਂ ਤੇ ਆਪਾਂ ਇਹ ਨਹੀਂ ਲੈ ਰਹੇ ਹਾਂ, ਗਿਫਟ ਲੈ ਰਹੇ ਲੋਕਾਂ ਵਾਸਤੇ।